ऑस्ट्रेलिया का नंबर वन रेडियो स्टेशन रेडियो हांजी रेडियो हांजी रेडियो हांजी 1654 में दोस्तों एक बार फिर तो स्वागत है तुहाडा ते प्रोग्राम दे विच समा हो चुका है। इस टाइम डॉक्टर संदीप भगतुरां दे नाल गलबात करन दा सो जानदे हां अज दे दिन किहड़े विषय दे उत्ते गलबात साडे नाल साडे शरीर संबंधी साडी सेहत संबंधी सांझी करन दे लई आए ने। सो डॉक्टर साहब तुसीं ऑन एयर हो इस टाइम, स्वागत है तुहाडा रेडियो हांजी दे। बहुत बहुत धन्यवाद जी। मुद्दा आपां अज थोड़ी जी जनरल डिस्कशन करदे आं, कोरोना वायरस जिहड़ा चल रहा, ते तुसीं वी इहनूं काफी क्लोजली मोनीटर कर रहे हो और अपनी जनता दे विच वी इहदे बारे काफी अवेयरनैस और थोड़ी जी जिदां चिंता वी बन रही है वी महामारी दा बनना की है जी। जिन्ना जनता कन्फ्यूज है उन्नी की हैल्थ एक्सपर्ट्स अराउंड द वर्ल्ड वी कन्फ्यूज है वी इहदा की भविख लगन रहा। ਤੇ ਮੈਂ ਇਹਦੇ ਤੇ ਆਪਣਾ ਜੋ ਮੇਰੀ ਪਰਸਨਲ ਟੇਕ ਹੈ ਜਾਂ ਜਿੱਦਾਂ ਮੈਂ ਇਹਨੂੰ ਐਨਾਲਾਈਜ਼ ਕਰਦਾ ਉਹ ਮੈਂ ਸੋਚਿਆ ਅੱਜ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਦੇ ਹਾਂ। ਤੇ ਜੇ ਅਸੀਂ ਸਿਚੁਏਸ਼ਨ ਰਿਪੋਰਟ WHO ਦੀ, ਜਿਹਨੂੰ ਮੈਂ ਇੱਕ ਰੈਫਰੈਂਸ ਅਥਾਰਟੀ ਮੰਨ ਕੇ ਚੱਲਦਾ ਵੀ ਉਹ ਵੈਰੀਫਾਈਡ ਡਾਟਾ ਪ੍ਰਜੈਂਟ ਕਰਦੇ ਆ ਜੀ, ਤੇ ਉਹ ਹਰ ਦਿਨ ਦੇ ਅਖੀਰ ਤੇ ਇੱਕ ਰਿਪੋਰਟ ਰਿਲੀਜ਼ ਕਰਦੇ ਆ ਤੇ ਕੱਲ ਦੇ ਸ਼ਾਮ ਤੱਕ ਦੀ ਹੈ ਕਿ 90,000 ਤੋਂ ਜ਼ਿਆਦਾ ਕੇਸ ਕਨਫਰਮ ਹੋ ਚੁੱਕੇ, ਨੀਅਰਲੀ 91,000 ਨੇ। ਤੇ ਜੇ ਡੈਥਸ ਦੀ ਗੱਲ ਕਰਦੇ ਹਾਂ ਤਾਂ ਡੈਥਸ ਵੀ ਕਾਫੀ ਵੱਧ ਗਈਆਂ ਨੇ ਹੁਣ ਇਹਦੇ ਵਿੱਚ। ਤੇ ਇਹਦੇ ਜਿਹੜੀ ਟਰਾਂਸਮਿਸ਼ਨ ਬਾਰੇ ਆਸਟ੍ਰੇਲੀਆ 'ਚ ਵੀ ਜਿੱਦਾਂ ਸੀ ਕਿ ਨਿਊ ਸਾਊਥ ਵੇਲਸ ਨਿਊ ਕੇਸਿਸ ਡਾਇਗਨੋਜ਼ ਹੋਏ ਆ ਔਰ ਕੁਛ ਐਸੇ ਹੋਏ ਆ ਕਿ ਜਿਹੜੇ ਵਿਦਨ ਕਮਿਊਨਿਟੀ ਟਰਾਂਸਮਿਟ ਹੋਏ ਨੇ, ਯਾਨੀ ਕਿ ਬਾਹਰੋਂ ਕਿਸੇ ਟਰੈਵਲ ਤੋਂ ਡਾਇਰੈਕਟ ਨਹੀਂ ਹੋਏ, ਉਹ ਲੋਕਲੀ ਹੋਏ ਨੇ, ਤਾਂ ਉਹ ਥੋੜ੍ਹਾ ਜਿਹਾ ਜਿੱਦਾਂ ਆਪਾਂ ਨੂੰ ਚਿੰਤਾ ਦਾ ਵਿਸ਼ਾ ਬਣ ਰਿਹਾ। ਹੁਣ ਜੇ ਮੈਂ ਇੱਕ ਹੋਰ ਡਾਟਾ ਸ਼ੇਅਰ ਕਰਾਂ ਆਪਣੇ ਲੋਕ ਸੁਣਨ ਵਾਲਿਆਂ ਨਾਲ ਜਿਹੜਾ ਕਿ ਆਸਟ੍ਰੇਲੀਅਨ ਆ, ਆਸਟ੍ਰੇਲੀਆ ਦੇ ਵਿੱਚ ਅੱਜ ਜਿੱਦਾਂ 4 ਮਾਰਚ ਹੈ, 4 ਮਾਰਚ ਤੱਕ 2020 ਦੇ ਵਿੱਚ 12,713 ਲੈਬੋਰੇਟਰੀ ਦੇ ਕਨਫਰਮ ਕੇਸ ਨੇ, ਇਹ 2 ਮਾਰਚ ਤੱਕ ਐਕਚੁਲੀ ਸੋਰੀ ਜੀ। ਸੋ 12,713 ਇਨਫਲੂਐਂਜ਼ਾ ਦੇ ਕੇਸ ਨੇ। ਤੇ ਜੇ ਅਸੀਂ ਇਨਫਲੂਐਂਜ਼ਾ ਰਿਲੇਟਿਡ ਡੈਥਸ ਦੀ ਗੱਲ ਕਰਦੇ ਹਾਂ ਤਾਂ ਲਗਭਗ 3800 ਡੈਥਸ ਲਾਸਟ ਈਅਰ ਹੋਈਆਂ ਸੀ ਇਨਫਲੂਐਂਜ਼ਾ ਯਾਨੀ ਫਲੂ ਰਿਲੇਟਿਡ ਇਲਨੈਸਿਸ, ਔਰ ਜਿਹੜਾ ਦਾ ਬਰਡਨ ਸੀਗਾ ਉਹ 3 ਲੱਖ ਤੋਂ ਜ਼ਿਆਦਾ ਇਹਦੇ ਕੇਸਿਸ ਸੀਗੇ। ਸੋ ਕਹਿਣਾ ਮੈਂ ਕੀ ਚਾਹ ਰਿਹਾ ਕਿ ਫਲੂ ਵਾਇਰਸ ਹੋ ਗਿਆ ਜਾਂ ਕਰੋਨਾ ਵਾਇਰਸ ਹੈ ਜਾਂ ਪਿੱਛੇ ਸਾਰਸ ਫੈਲਿਆ ਸੀਗਾ, ਸੋ ਇਹ ਉਹ ਵਾਇਰਸਿਸ ਨੇ ਕਿ ਜਿਹੜੇ ਇੱਕ ਸੀਜ਼ਨ ਤਰ੍ਹਾਂ ਆਉਂਦੇ ਨੇ, ਔਰ ਫਲੂ ਵੈਕਸੀਨੇਸ਼ਨ ਤੇ ਸਾਡੇ ਕੋਲ ਫਿਰ ਵੀ ਅਵੇਲੇਬਲ ਹੈ, ਹੈਨਾ, ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ ਔਰ ਕਮਿਊਨਿਟੀ ਦੇ ਵਿੱਚ ਕਾਫੀ ਅਵੇਅਰਨੈਸ ਹੈ ਵੀ ਬੱਚਿਆਂ ਨੂੰ ਔਰ ਐਲਡਰਲੀ 65 ਸਾਲ ਤੋਂ ਜ਼ਿਆਦਾ ਵਾਲਿਆਂ ਨੂੰ ਖਾਸ ਤੌਰ 'ਤੇ ਜਿਹਨਾਂ ਨੂੰ ਕਈ ਹੋਰ ਇਲਨੈਸਿਸ ਹੈ ਡਾਇਬਿਟੀਜ਼ ਵਗੈਰਾ ਉਹਨਾਂ 'ਚ ਰਿਸਕ ਕਾਫੀ ਹੁੰਦਾ, ਤਾਂ ਉਹਦੇ ਬਾਵਜੂਦ ਵੀ ਇੰਨੀਆਂ ਡੈਥਸ ਆਸਟ੍ਰੇਲੀਆ 'ਚ ਹੋਈਆਂ ਸੀ। ਅਤੇ ਉਸ ਹਿਸਾਬ ਨਾਲ ਇਹ ਇੱਕ ਨਵਾਂ ਫਲੂ ਫੈਲਿਆ ਕਰੋਨਾ 19 ਜਿਹੜਾ, ਵੈਸੇ ਕਰੋਨਾ ਪਹਿਲਾਂ ਵੀ ਹੋਇਆ ਸੀ ਕਿਉਂਕਿ ਸਾਡੇ ਕੋਲ ਅਸੀਂ ਵੈਕਸੀਨੇਸ਼ਨ ਹੈਲੀ, ਇਸ ਕਰਕੇ ਥੋੜ੍ਹਾ ਜਿਹਾ ਪੈਨਿਕ ਫੈਲ ਰਿਹਾ ਅਰਾਊਂਡ ਦਾ ਵਰਲਡ, ਇਕੱਲੇ ਆਪਣੇ ਆਸਟ੍ਰੇਲੀਅਨ 'ਚ ਨਹੀਂ, ਵੀ ਇਹਦਾ ਬਣਨਾ ਕੀ ਹੈ, ਜਿਹੜੀਆਂ ਅਗਰ ਪ੍ਰਿਕੋਸ਼ਨ ਜਾਂ ਅਸੀਂ ਕੀ ਹਦਾਇਤਾਂ ਲੈ ਸਕਦੇ ਹਾਂ, ਇਹ ਫੈਲਦਾ ਇੱਕ ਦੂਜੇ ਤੋਂ, ਤੇ ਅਸੀਂ ਉਹ ਜਿਹੜੇ ਸਟੈਂਡਰਡ ਹਾਈਜੀਨ ਪ੍ਰੋਸੀਜਰ ਦਾ ਵੀ ਜੇ ਕੋਈ ਖੰਘ ਰਿਹਾ ਜਾਂ ਨਿੱਛਾ ਮਾਰ ਰਿਹਾ ਤਾਂ ਉਹਨੂੰ ਆਪ ਆਪਣਾ ਧਿਆਨ ਰੱਖਣਾ ਚਾਹੀਦਾ, ਤੇ ਹੈਂਡ ਵਾਸ਼ਿੰਗ ਹੋ ਗਈ, ਜ਼ਰੂਰੀ ਨਹੀਂ ਕਿ ਅਸੀਂ ਉਹ ਹੈਂਡ ਸੈਨੇਟਾਈਜ਼ਰ ਹੀ ਲੈਣਾ, ਲੋਕ ਉਹ ਵੀ ਓਵਰ ਸਟੋਕ ਕਰਨ ਲੱਗ ਪੈਣੇ, ਇੱਕ ਰਨਿੰਗ ਵਾਟਰ ਦੇ ਵਿੱਚ ਅਗਰ ਤੁਸੀਂ ਹੱਥ ਧੋਂਦੇ ਹੋ ਥੋੜ੍ਹਾ ਸਾਬਣ ਲਗਾ ਕੇ ਤਾਂ ਉਹ ਵੀ ਓਨਾ ਹੀ ਇਫੈਕਟਿਵ ਹੈਗਾ ਜੀ। ਸੋ ਇਹ ਓਵਰਆਲ ਇੱਕ ਪਿਕਚਰ ਦਾ ਮੈਂ ਕੰਟੈਕਸਟ ਦੇਣਾ ਚਾਹ ਰਿਹਾ ਵਾਂ ਕਿ ਅਗਰ ਅਸੀਂ ਇਨਫਲੂਐਂਜ਼ਾ ਫਲੂ ਨੂੰ ਕੰਪੇਅਰ ਕਰੀਏ ਤੇ ਇਹ ਫਲੂ ਠੀਕ ਹੈ, ਇਹਦੇ ਬਾਰੇ ਆਪਾਂ ਨੂੰ ਇਸ ਵੇਲੇ ਪੂਰੀ ਜਾਣਕਾਰੀ ਨਹੀਂ ਹੈ ਔਰ ਪਤਾ ਨਹੀਂ ਲੱਗੇ ਵੀ ਅਗਲੇ ਮਹੀਨੇ ਸ਼ਾਇਦ ਇਹਦੀ ਪਿਕਚਰ ਕੀ ਹੋਣੀ, ਮਾੜੀ ਹੋਣੀ ਜਾਂ ਕਿਸ ਤਰ੍ਹਾਂ, ਪਰ ਇਹਦਾ ਇਕਨੋਮਿਕ ਇਫੈਕਟ ਜਿਹੜਾ ਅਸਲ 'ਚ ਸਿਹਤ ਨਾਲੋਂ ਜ਼ਿਆਦਾ ਇਕਨੋਮਿਕ ਇਫੈਕਟ ਇਹਦਾ ਜ਼ਿਆਦਾ ਫੀਲ ਹੋ ਰਿਹਾ ਕਿ ਐਜ਼ ਏ ਪਬਲਿਕ ਹੈਲਥ ਕੰਸਰਨ ਕਰਕੇ ਕਈ ਟਰੈਵਲ ਚੇਂਜ ਹੋ ਰਿਹਾ, ਕਾਨਫਰੰਸਿਸ ਜਾਂ ਕਈ ਮੀਟਿੰਗ ਸਪੋਰਟਸ ਵਗੈਰਾ ਕੈਂਸਲ ਹੋ ਰਹੀਆਂ, ਵਪਾਰ ਘੱਟ ਰਿਹਾ, ਲੋਕ ਆ ਜਾ ਨਹੀਂ ਰਹੇ, ਲੋਕ ਆਈਸੋਲੇਟ ਹੋ ਰਹੇ ਨੇ, ਹੈਲਥ ਸਿਸਟਮ ਸਟ੍ਰੇਨ 'ਚ ਆ ਰਿਹਾ ਬਈ, ਆਪਾਂ ਨੂੰ ਹੋ ਸਕਦਾ ਵੀ ਜੇ ਇੱਕਦਮ ਕਾਫੀ ਕੇਸਿਸ ਆ ਜਾਣ ਲੈਟਸ ਏ ਮੈਲਬਰਨ ਦੇ ਵਿੱਚ ਹੀ, ਤਾਂ ਹੋ ਸਕਦਾ ਆਪਾਂ ਨੂੰ ਪਬਲਿਕ ਹੈਲਥ ਦੇ ਵਿੱਚ ਜਿਹੜੇ ਇਲੈਕਟਿਵ ਪ੍ਰੋਸੀਜਰ ਸਨ ਉਹ ਰੋਕਣੇ ਪੈਣ ਤਾਂ ਜੋ ਅਸੀਂ ਐਵਲੇ ਮਰੀਜ਼ਾਂ ਨੂੰ ਆਈਸੋਲੇਸ਼ਨ 'ਚ ਰੱਖ ਸਕੀਏ। ਸੋ ਇਹੋ ਜਿਹੀਆਂ ਚੀਜ਼ਾਂ ਕਰਕੇ ਥੋੜ੍ਹੀ ਅਨਸਰਟਨਟੀ ਲੱਗ ਰਹੀ ਹੈ, ਪਰ ਸੁਨੇਹਾ ਇਹੋ ਹੀ ਦੇ ਰਹੇ ਹਾਂ ਵੀ ਜੇ ਅਸੀਂ ਆਪਣੇ ਸਟੈਂਡਰਡ ਸਿਹਤ ਸਹੀ ਰੱਖਦੇ ਹਾਂ ਤੇ ਜਿੰਨੀਆਂ ਵੀ ਡੈਥਸ ਹੋਈਆਂ ਉਹਦੇ ਤੋਂ ਇੱਕ ਪਤਾ ਲੱਗ ਰਿਹਾ ਕਿ 9 ਸਾਲ ਤੋਂ ਉਹ ਏਜ ਤੋਂ ਘੱਟ ਤੱਕ ਹਲੇ ਕੋਈ ਬੱਚਾ ਇਹਦੇ 'ਚ ਸੀਰੀਅਸਲੀ ਇਲ ਨਹੀਂ ਹੋਇਆ, ਯਾਨੀ ਜਿਹੜਾ ਅਸੀਂ ਪਹਿਲਾਂ ਕਹਿੰਦੇ ਸੀ ਨਾ ਕਿ ਫਲੂ ਨਾਲ ਬੱਚਿਆਂ ਨੂੰ ਇਫੈਕਟ ਹੁੰਦਾ, ਸੋ ਫੋਰਚੁਨੇਟਲੀ ਇਸ ਸਟੇਜ 'ਤੇ ਬੱਚਿਆਂ 'ਚ ਇਹਦਾ ਇਫੈਕਟ ਨਹੀਂ ਹੋਇਆ।
ਦੂਜੀ ਜਿੰਨੀਆਂ ਜਿਹੜੀਆਂ ਡੈਥਸ ਹੋਈਆਂ ਉਹ ਜਿਨ੍ਹਾਂ ਨੂੰ ਇਲਨੈਸ ਸੀ ਜਾਂ ਓਲਡ ਲੋਕੀ ਨੇ ਬਜ਼ੁਰਗ ਨੇ ਉਹਨਾਂ 'ਚ ਨੇ। ਅਤੇ ਜੇ ਅਸੀਂ ਵੈਸੇ ਜਨਰਲ ਆਪਣਾ ਲੈਵਲ ਆਫ ਫਿਟਨੈਸ ਸਹੀ ਰੱਖਦੇ ਹਾਂ, ਖੁਰਾਕ ਸਹੀ ਖਾਂਦੇ ਹਾਂ, ਅਤੇ ਬਾਈ ਦੀ ਵੇ ਖੁਦਾ ਨਾ ਖਾਸਤਾ ਹੀ ਇਸ ਵਾਇਰਸ ਦੇ ਕੋਂਟੈਕਟ 'ਚ ਆਉਂਦੇ ਹਾਂ ਤਾਂ ਇਲਨੈਸ ਇੰਨੀ ਸਵੀਅਰ ਨਹੀਂ ਹੋਏਗੀ। ਕਿਉਂਕਿ ਅਗਰ ਦੇਖੋ ਤੁਸੀਂ ਇਹਦੀ ਮੋਰਟੈਲਿਟੀ ਰੇਟ ਤਾਂ ਹਾਲੇ ਵੀ 2% ਦੇ ਲਾਗੇ ਕਹਿ ਰਹੇ ਆ, ਯਾਨੀ ਕਿ 98% ਤੋਂ ਜ਼ਿਆਦਾ ਲੋਕਾਂ ਨੇ ਡੈਥ ਨਹੀਂ ਹੋਣੀ ਜੀ। ਸੋ ਅਸੀਂ 98% ਦੇ ਵਿੱਚ ਰਹਿਣਾ ਆਪਣੇ ਆਪ ਨੂੰ, ਓਵਰਆਲ ਅਸੀਂ ਆਪਣੀ ਸਿਹਤ ਸਹੀ ਰੱਖੀਏ, ਖੁਰਾਕ ਪਾਣੀ, ਅਤੇ ਬਾਈ ਦੀ ਵੇ ਜਿੱਥੇ ਆਈਸੋਲੇਸ਼ਨ ਦਾ ਜੇ ਕੋਈ ਆਪਾਂ ਨੂੰ ਚਿੰਤਾ ਲੱਗ ਰਹੀ, ਕੋਈ ਖੰਘ ਜ਼ੁਕਾਮ ਕਰ ਰਿਹਾ, ਤੇ ਅਸੀਂ ਉਹਨਾਂ ਨੂੰ ਆਪਣੀਆਂ ਜਿਹੜੀਆਂ ਸਟੈਂਡਰਡ ਹਾਈਜੀਨ ਪ੍ਰੀਕੋਸ਼ਨਸ ਲਈਏ ਜੀ। ਸੋ ਇਹ ਹੈ, ਐਂਡ ਆਮ ਸ਼ੋਰ ਤੁਹਾਡੇ ਕੋਲ ਵੀ ਸਵਾਲ ਹੋਣਗੇ ਜਾਂ ਕਮੈਂਟਸ ਹੋਣਗੇ ਤਾਂ ਮੈਂ ਉਹ ਸੁਣਨਾ ਚਾਹਾਂਗਾ ਜੀ। ਬਿਲਕੁਲ ਡਾਕਟਰ ਸਾਹਿਬ, ਜਿਹੜੀਆਂ ਇਸ ਟਾਈਮ ਦੇ ਉੱਤੇ ਅਫਵਾਹਾਂ ਨੇ ਅੱਜ ਦੇ ਦਿਨ ਕਾਫੀ ਜ਼ਿਆਦਾ ਕੱਲ੍ਹ ਦੇ ਦਿਨ ਹਾਈਲਾਈਟ ਕੀਤੀਆਂ ਨੇ ਮੀਡੀਆ ਨੇ, ਅੱਜ ਦੇ ਦਿਨ ਵੀ ਅਖਬਾਰਾਂ ਪੜ੍ਹੀਆਂ ਪਈਆਂ ਨੇ, ਸੋ ਕੀ ਵਜ੍ਹਾ ਕੀ ਹੈ? ਚਲੋ ਸੈਨੀਟਾਈਜ਼ਰ ਦਾ ਤਾਂ ਸਾਨੂੰ ਸਮਝ ਆ ਗਿਆ, ਜਿਹੜਾ ਬਾਕੀ ਦੀਆਂ ਰਸਤਾਂ ਨੇ ਉਹ ਕਿਉਂ ਘਰਾਂ ਦੇ ਵਿੱਚ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ? ਖਾਸ ਤੌਰ ਦੇ ਉੱਤੇ ਟੋਇਲਟ ਪੇਪਰ ਦੀ ਜੇ ਆਪਾਂ ਗੱਲ ਕਰੀਏ ਤਾਂ ਕੀ ਕੀ ਵਜ੍ਹਾ ਆ, ਕੀ ਪੈਨਿਕ ਆ ਉਸ ਚੀਜ਼ ਨੂੰ ਲੈ ਕੇ, ਕਿਉਂ ਲੋਕੀ ਘਰਾਂ ਦੇ ਵਿੱਚ ਸਟਾਕ ਕਰ ਰਹੇ ਨੇ? ਇਹ ਮੈਨੂੰ ਵੀ ਨਹੀਂ ਇੰਨਾ ਸਮਝ ਆ ਰਿਹਾ, ਕਿਉਂਕਿ ਜੇ ਮੰਨ ਲਓ ਵੀ ਇੰਨੀ ਕਿੱਲਤ ਪੈ ਗਈ ਹੈ ਵੀ ਆਪਾਂ ਨੂੰ ਆਈਸੋਲੇਟ ਹੋਣਾ ਪੈ ਰਿਹਾ ਜਾਂ 2-3 ਹਫ਼ਤੇ ਅੰਦਰ ਰਹਿਣਾ, ਜੇ ਸਾਡੇ ਕੋਲ ਸਰੀਰ 'ਚ ਪਾਉਣ ਲਈ ਖਾਣ ਲਈ ਕੁਛ ਨਹੀਂ ਹੈ ਤਾਂ ਕੱਢਾਂਗੇ ਕੀ? ਸੋ ਟੋਇਲਟ ਪੇਪਰ ਕਿਉਂ ਇੰਨਾ ਜ਼ਰੂਰੀ ਬਣ ਗਿਆ ਇਹ ਵੀ ਥੋੜ੍ਹੀ ਮੇਰੀ ਸਮਝ ਤੋਂ ਬਾਹਰ ਹੈ। ਮੈਨੂੰ ਪਤਾ ਵੀ ਤੁਸੀਂ ਪਰਸੋਂ ਗੱਲ ਕਰ ਰਹੇ ਸੀ ਸਾਡੇ ਜਿਹੜੇ ਚੁਟਕਲੇ ਨੇ ਟੋਇਲਟ 'ਚ ਹੋ ਕੇ ਆਉਂਦੇ ਨੇ, ਤਾਂ ਇਹ ਹੁਣ ਸੀਰੀਅਸ ਮੁੱਦਾ ਵੀ ਜਿਹੜਾ ਟੋਇਲਟ ਪੇਪਰ 'ਤੇ ਹੋ ਕੇ ਆ ਰਿਹਾ ਜੀ, ਸਭ ਪਾਉਣ ਤੋਂ ਪਹਿਲਾਂ ਕੱਢਣ ਦੀ ਜ਼ਿਆਦਾ ਸੋਚ ਰਹੇ ਹਾਂ, ਮਤਲਬ ਜੇ ਪੇਟ 'ਚ ਕੁਛ ਜਾ ਨਹੀਂ ਰਿਹਾ ਤਾਂ ਕੱਢੋ ਜੀ। ਨਹੀਂ ਵੈਸੇ ਵੀ ਮੈਂ ਸੋਚ ਰਿਹਾ ਸੀ ਕਿ ਆਪਾਂ ਚਲੋ ਸੈਨੀਟਾਈਜ਼ਰ ਤੱਕ ਚੀਜ਼ਾਂ ਸਮਝ ਆਉਂਦੀਆਂ ਨੇ, ਵੈਸੇ ਤਾਂ ਉਹ ਵੀ ਇੱਕ ਪੈਨਿਕ ਹੈ ਲੋਕਾਂ ਦੇ ਵਿੱਚ, ਪਰ ਇਹ ਤਾਂ ਆਪਾਂ ਪਾਣੀ ਵੀ ਯੂਜ਼ ਕਰ ਸਕਦੇ ਹਾਂ, ਆਪਾਂ ਏਸ਼ੀਅਨ ਲੋਕ ਆਪਾਂ ਕਰਦੇ ਹਾਂ ਪਾਣੀ, ਆਪਾਂ ਹਲੇ ਵੀ ਕਰੀ ਪਿੱਛੇ ਆਪਾਂ ਪਾਣੀ ਯੂਜ਼ ਕਰਦੇ ਹਾਂ, ਇੱਥੇ ਬਹੁਤ ਸਾਰੇ ਘਰ ਨੇ ਜਿਨ੍ਹਾਂ ਦੇ ਵਿੱਚ ਪੰਪ ਲੱਗ ਚੁੱਕੇ, ਹਾਲਾਂਕਿ ਚਲੋ ਆਪਣੀ ਕਮਿਊਨਿਟੀ ਇਹਦੇ ਵਿੱਚ ਸ਼ਾਮਿਲ ਨਹੀਂ ਆ ਇਸ ਦੌੜ ਦੇ ਵਿੱਚ ਜਿੰਨਾ ਕੁ ਮੈਂ ਵੇਖਿਆ, ਪਰ ਕੁਛ ਇੱਦਾਂ ਦਾ ਤਾਂ ਨਹੀਂ ਕਿ ਇਹਨਾਂ ਦੀ ਗੱਲਬਾਤ ਜਿਹੜੀ ਆ ਉਹ ਘਰੀ ਹੋ ਰਹੀ ਹੋਵੇ, ਕਿਉਂਕਿ ਚਾਈਨਾ ਦੇ ਵਿੱਚ ਹੁਣ ਕਾਫੀ ਚਿਰ ਹੋ ਗਿਆ ਵਾ ਇਸ ਚੀਜ਼ ਨੂੰ ਫੈਲਿਆ, ਤੇ ਉੱਥੋਂ ਇੰਸਟਰਕਸ਼ਨਸ ਮਿਲ ਰਹੀਆਂ ਹੁਣ ਕਿ ਆ ਵਾਲੀਆਂ ਚੀਜ਼ਾਂ ਤੁਸੀਂ ਘਰੀ ਰੱਖ ਲਓ, ਉਹ ਕੁਛ ਖਾਸ ਇੱਦਾਂ ਦਾ ਯੂਜ਼ ਕਰ ਰਹੇ ਹੁਣ? ਹਾਂ, ਹੁਣ ਮੈਂ ਓਬਵੀਅਸਲੀ ਬਲੈਕ ਐਂਡ ਵਾਈਟ ਯੈਸ ਨੋ ਤੇ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਪਤਾ ਨਹੀਂ ਹੈ, ਪਰ ਇੱਕ ਚੀਜ਼ ਜੇ ਮੈਂ ਇਨਡਾਇਰੈਕਟਲੀ ਸੋਚਾਂ, ਕਿਉਂਕਿ ਅਗਰ ਟਿਸ਼ੂ ਦਾ ਅਸੀਂ ਬਾਕਸ ਲੈਂਦੇ ਹਾਂ ਵਰਸਿਸ ਦੇ ਟੋਇਲਟ ਰੋਲ ਲੈ ਕੇ ਦਬਲੀਏ ਤਾਂ ਨੱਕ ਪੂਜਣਾ ਸੌਖਾ ਹੋ ਜਾਂਦਾ। ਕਈ ਵਾਰ ਮੈਂ ਦੇਖਿਆ ਐਮਰਜੈਂਸੀ 'ਚ ਬੈਠੇ ਹੁੰਦੇ ਨੇ ਮਰੀਜ਼ ਜੀ, ਤੇ ਉਹ ਲੈ ਕੇ ਬੈਠੇ ਹੁੰਦੇ ਟੋਇਲਟ ਪੇਪਰ, ਹੁਣ ਕਹਿਣ ਨੂੰ ਟੋਇਲਟ ਪੇਪਰ ਹੈ ਪਰ ਹੈ ਤਾਂ ਸਾਫ਼ ਪੇਪਰ ਹੈ, ਉਹ ਕੰਮ ਵੀ ਉਹੀ ਕਰਦਾ। ਸੋ ਇੱਕ ਉਹ ਕਾਰਨ ਥੋੜ੍ਹਾ ਜਿਹਾ ਮੈਨੂੰ ਲੱਗਦਾ, ਪਰ ਉਸ ਤੋਂ ਇਲਾਵਾ ਇੰਸਟਰਕਸ਼ਨਸ ਕੀ ਨੇ ਜਾਂ ਕੀ ਉਹਦੀ ਰੈਸ਼ਨਲ ਹੈ ਉਹ ਮੇਰੀ ਥੋੜ੍ਹੀ ਸਮਝ ਤੋਂ ਬਾਹਰ ਹੈ, ਪਰ ਇਹ ਜ਼ਰੂਰ ਕਹਾਂਗਾ ਵੀ ਆਪਾਂ ਨੂੰ ਜਿੰਨਾ ਹੁਣ ਨਿਊਜ਼ 'ਚ ਆ ਗਿਆ, ਨਿਊਜ਼ 'ਚ ਜਿਹਨਾਂ ਨੇ ਸੁਣਿਆ ਅੱਗੇ ਉਹਨਾਂ ਨੂੰ ਹੋਰ ਪੈਨਿਕ ਹੋ ਗਿਆ, ਬਿਲਕੁਲ, ਤੋ ਏਦਾਂ ਉਹ ਫੈਲੀ ਜਾ ਰਿਹਾ। ਤੇ IGA ਦੀ ਮੈਂ ਸਵੇਰੇ ਇੱਕ ਡਾਇਰੈਕਟਰ ਬੋਲ ਰਿਹਾ ਸੀ ਚੈਨਲ 9 ਤੇ ਕਿ ਸਾਡੀਆਂ ਸੇਲ ਬਹੁਤ ਵੱਧ ਗਈਆਂ ਨੇ ਬੜੀ ਵਧੀਆ, ਪਰ ਅਸੀਂ ਜਨਤਾ ਨੂੰ ਕਹਿੰਦੇ ਵੀ ਪੈਨਿਕ ਨਾ ਹੋ, ਉਹ ਬੜਾ ਖੁਸ਼ ਸੀ ਵੀ ਉਹਦਾ ਜਿਹੜਾ ਵਪਾਰ ਵਧੀਆ ਚੱਲ ਰਿਹਾ। ਸੋ ਹੁਣ ਇਹ ਵੀ ਤੁਸੀਂ ਸੋਚ ਸਕਦੇ ਵੀ ਕੀ ਸਟਿਮੂਲਸ ਕਰ ਰਹੇ ਨੇ ਵੀ ਚਲੋ ਹੋਰ ਚੀਜ਼ਾਂ ਨੀ ਵਿਕਣਡੀਆਂ ਤੇ ਸੁਪਰ ਮਾਰਕੀਟ ਦਾ ਸਮਾਨ ਹੀ ਵੇਚੀ ਜਾ ਜੀ, ਕਿਉਂਕਿ ਹਨਾ ਕਦੇ ਡਾਕਟਰ ਸਾਹਿਬ ਇਹ ਤਾਂ ਨਹੀਂ ਕਿ ਇੱਕ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਅਤੇ ਸਾਰੀਆਂ ਹਲੇ ਅਫਵਾਹਾਂ ਹੀ, ਇਹ ਵੀ ਸੁਣਨ ਦੇ ਵਿੱਚ ਆ ਰਿਹਾ ਸੀ ਕਿ ਲੋਕ ਘਰਾਂ ਦੇ ਵਿੱਚ ਸਮਾਨ ਇਕੱਲਾ ਸਿਰਫ ਆਪਣੇ ਟੋਇਲਟ ਰੋਲ ਹੀ ਨਹੀਂ, ਹੋਰ ਵੀ ਬਹੁਤ ਸਾਰਾ ਸਮਾਨ ਜਿਹੜਾ ਉਹ ਘਰਾਂ ਦੇ ਵਿੱਚ ਸਟੋਕ ਇਕੱਠਾ ਕਰ ਰਹੇ ਨੇ। ਉਹਨਾਂ ਨੂੰ ਸ਼ਾਇਦ ਇਹ ਚੀਜ਼ ਲੱਗ ਰਹੀ ਆ ਕਿ ਕੱਲ੍ਹ ਨੂੰ ਜੇਕਰ ਕੋਈ ਜ਼ਿਆਦਾ ਵਧਿਆ ਸਿਲਸਿਲਾ ਤਾਂ ਆਪਾਂ 14 ਦਿਨ ਦੇ ਲਈ ਘਰ ਦੇ ਵਿੱਚ ਜੇ ਆਈਸੋਲੇਟਿਡ ਰਹੇ ਤਾਂ ਸਾਡੇ ਕੋਲ ਵੱਧ ਤੋਂ ਵੱਧ ਸਮਾਨ ਹੋਵੇ ਘਰ ਦੇ ਵਿੱਚ, ਆਪਾਂ ਘਰੋਂ ਨਹੀਂ ਨਿਕਲਣਾ, ਜਾਂ ਕੁਛ ਇੱਕ ਇੱਦਾਂ ਦੀਆਂ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਆਲਰੇਡੀ ਘਰੋਂ ਨਿਕਲਣਾ ਜ਼ਿਆਦਾ ਬੰਦ ਕਰ ਦਿੱਤਾ, ਉਹ ਘਰੇ ਆਪਣਾ ਸਾਰਾ ਕੁਛ ਜਿਹੜਾ ਇੰਤਜ਼ਾਮ ਹੈ ਉਹ ਘਰੇ ਕਰਕੇ ਬੈਠੇ ਨੇ, ਕਿ ਕਿੱਥੋਂ ਕੁ ਤੱਕ ਜਾਇਜ਼, ਜੇ ਵਾਕਈ ਮੰਨ ਲਓ ਪਹਿਲੀ ਗੱਲ ਤਾਂ ਅਫਵਾਹ ਆ, ਪਰ ਜੇ ਫਿਰ ਵੀ ਆ ਤਾਂ ਕਿੱਥੋਂ ਕੁ ਤੱਕ ਜਾਇਜ਼, ਕਿੱਦਾਂ ਆਪਾਂ ਇੱਦਾਂ ਵਾਕਈ ਬਚ ਸਕਦੇ ਹਾਂ ਆਪਾਂ ਘਰੀ ਰਹਿ ਕੇ? ਹਾਂਜੀ, ਮੈਂ ਦਾ ਜਵਾਬ ਇਹ ਹੈਗਾ ਵੀ ਮੰਨ ਲਓ ਵੀ ਅਫਵਾਹ ਜਾਂ ਕਈ ਕਰ ਵੀ ਰਹੇ ਨੇ, ਥੋੜ੍ਹੇ ਜਿਹੇ ਲੋਕ ਨੇ ਜਿਹਨਾਂ ਨੂੰ ਵੀ ਲੱਗਦਾ ਵੀ ਧਰਤੀ ਮੁੱਕ ਜਾਣੀ ਆ, ਤੇ ਜੇ ਮੰਨ ਲਓ ਵੀ ਇੰਨਾ ਫੈਲ ਗਿਆ ਤਾਂ ਤੁਸੀਂ 14 ਦਿਨ ਆਈਸੋਲੇਟ ਕਰ ਲਿਆ ਆਪਣੇ ਆਪ ਨੂੰ, ਉਸ ਤੋਂ ਬਾਅਦ ਕੀ ਕਰੋਗੇ? ਬਾਹਰ ਨਿਕਲੋਗੇ ਨੀ, ਕਿਉਂਕਿ ਜਿੰਨਾ ਜ਼ਿਆਦਾ ਫੈਲਿਆ ਕਿਸੇ ਨਾ ਕਿਸੇ ਦੇ ਕੋਂਟੈਕਟ 'ਚ ਤਾਂ ਆਓਗੇ। ਲਾ ਲਓ ਫਿਰ ਤੁਸੀਂ 28 ਦਿਨ ਕਰ ਲਿਆ, ਫਿਰ ਕਿੰਨੇ ਕੁ ਦਿਨ ਤੱਕ ਤੁਸੀਂ ਕਰਦੇ ਰਹੋਗੇ? ਤੇ ਜਿੰਨੀ ਪਬਲਿਕ 'ਚ ਅਵੇਅਰਨੈਸ ਹੈ ਇਸ ਸਟੇਜ ਤੇ, ਤੇ ਥੋੜ੍ਹੀ ਕੰਟਰੀਆਂ ਨੂੰ ਜਿੱਦਾਂ ਆਸਟ੍ਰੇਲੀਆ ਬੈਨ ਕਰ ਰਿਹਾ, ਪਰ ਮੈਨੂੰ ਇਹ ਲੱਗ ਰਿਹਾ ਵੀ ਇਹਨਾਂ ਦਾ ਜਿਹੜਾ ਅਗਲਾ ਪਬਲਿਕ ਹੈਲਥ ਮੈਜਰ ਇਹ ਹੋਣਾ ਕਿ ਕਾਫੀ ਜ਼ਿਆਦਾ ਫਲਾਈਟਸ ਤੇ ਇਹਨਾਂ ਨੇ ਕਰ ਦੇਣਾ, ਜਾਂ ਏਅਰਲਾਈਨ ਜਿਹੜੀਆਂ ਆਪ ਹੀ ਰੋਕ ਰਹੀਆਂ ਫਲਾਈਟਸ। ਸੋ ਇਹਦਾ ਬੈਸਟ ਅਗਰ ਇਵੈਂਚੁਅਲੀ ਅਗਰ ਅਸੀਂ ਸਮਾਧਾਨ ਲੱਭੀਏ ਤਾਂ ਇਹੀ ਹੈ
ਵੀ ਕੋਈ ਅੰਦਰ ਨਹੀਂ ਆ ਰਿਹਾ ਤੇ ਕੋਈ ਬਾਹਰ ਨਹੀਂ ਜਾ ਰਿਹਾ, ਜਿਹੜੇ ਆਏ ਨੇ ਉਹਨਾਂ ਨੂੰ ਟ੍ਰੀਟ ਕਰੋ, ਕੁਆਰੰਟੀਨ ਕਰੋ, ਜਦੋਂ ਠੀਕ ਹੋ ਜਾਣ ਫਿਰ ਛੱਡੋ। ਤੇ ਇਵੈਂਚੁਅਲੀ ਆਸਟ੍ਰੇਲੀਆ 'ਚ ਥੋੜ੍ਹੀ ਜਿਹੀ ਐਡਵਾਂਟੇਜ ਆਪਾਂ ਨੂੰ ਇਹ ਆ ਵੀ ਆਪਾਂ ਆਈਲੈਂਡ ਕੰਟਰੀ ਹਾਂ, ਆਪਣੇ ਬਾਰਡਰ ਯੂਰਪ ਤਰ੍ਹਾਂ ਨਹੀਂ ਵੀ ਇਟਲੀ ਤੋਂ ਫਰਾਂਸ ਕੋਈ ਗੱਡੀ 'ਚ ਡਰਾਈਵ ਕਰਕੇ ਲੈ ਗਿਆ ਅਤੇ ਅੱਗੇ ਦੇ ਦਿੱਤਾ। ਸੋ ਜੇ ਆਪਾਂ ਕਹੀਏ ਵੀ ਇਸ ਵੇਲੇ ਸਟ੍ਰੈਟੇਜਿਕਲੀ ਅਸੀਂ ਥੋੜ੍ਹੇ ਬੈਟਰ ਪੋਜੀਸ਼ਨ 'ਚ ਹਾਂ ਕੰਪੇਅਰ ਟੂ ਕਈ ਅਦਰ ਕੰਟਰੀਜ਼, ਔਰ ਇਹਦੀ ਅਵੇਅਰਨੈਸ ਕਾਫੀ ਜ਼ਿਆਦਾ ਆਪਣੀ ਗਵਰਨਮੈਂਟ ਨੂੰ ਵੀ ਔਰ ਕਮਿਊਨਿਟੀ ਨੂੰ ਵੀ। ਤੇ ਅਸੀਂ ਆਪਣੇ ਆਪ 'ਚ ਕੀ ਕਰ ਸਕਦੇ ਹਾਂ ਵੀ ਇੱਕ ਤਾਂ ਪੈਨਿਕ ਨਾ ਹੋਈਏ, ਆਪਣੀ ਸਿਹਤ ਦਾ ਲੈਵਲ ਓਵਰਆਲ ਠੀਕ ਰੱਖੀਏ। ਹਾਂ ਇਹ ਮੈਂ ਪਹਿਲਾਂ ਵੀ ਸ਼ਾਇਦ ਕਿਹਾ ਸੀਗਾ ਵੀ ਜੇ ਪੋਸੀਬਲ ਹੈ ਤੁਹਾਡਾ ਟਰੈਵਲ ਅਵੋਇਡ ਕਰਨਾ, ਅਨਨੈਸੈਸਰੀ ਟਰੈਵਲ ਜਿਹੜਾ ਉਹਨੂੰ ਕੰਸਿਡਰ ਨਾ ਕਰੋ ਇਸ ਵੇਲੇ, ਜੇ ਬਹੁਤ ਹੀ ਜ਼ਰੂਰੀ ਹੈ ਵੀ ਉਸ ਤੋਂ ਬਿਨਾਂ ਸਰਦਾ ਨਹੀਂ, ਫਿਰ ਗੱਲ ਹੋਰ ਹੈ, ਹਰ ਬੰਦਾ ਆਪਣਾ ਰਿਸਕ ਵੇਖਦਾ। ਮੇਰੀ ਸਲਾਹ ਵੀ ਜੇ ਆਪਾਂ ਇੰਟਰਨੈਸ਼ਨਲ ਟਰੈਵਲ ਦੀ ਜ਼ਿਆਦਾ ਜ਼ਰੂਰਤ ਨਹੀਂ ਤਾਂ ਅਵੋਇਡ ਕਰੀਏ, ਕਿਉਂਕਿ ਕਈ ਕੰਟਰੀਆਂ ਨੇ ਡਿਕਲੇਅਰ ਨਹੀਂ ਕੀਤਾ ਕਿ ਉਹਨਾਂ ਦੇ ਕੋਈ ਕੇਸ ਹੋਏ ਨੇ ਕਿ ਨਹੀਂ, ਕਿਉਂਕਿ ਉਹਨਾਂ ਕੋਲ ਟੈਸਟਿੰਗ ਕਿੱਟਸ ਨਹੀਂ ਹੈ, ਕਾਫੀ ਮਹਿੰਗਾ ਟੈਸਟ ਹੈ, ਤੇ ਨਾ ਡਾਇਗਨੋਜ਼ ਹੋਣ ਦਾ ਮਤਲਬ ਇਹ ਨਹੀਂ ਕਿ ਉੱਥੇ ਹੈ ਹੀ ਨਹੀਂ ਜੀ। ਤੋ ਉਹ ਵੀ ਕਈ ਕੰਟਰੀਆਂ ਟ੍ਰਾਂਜ਼ਿਟ ਕਰਦੇ ਆ ਕਿਸੇ ਐਸੇ ਦੇਸ਼ ਦੇ ਨਾਗਰਿਕ ਨਾਲ ਬੈਠੇ ਨੇ ਵੀ ਆਪਾਂ ਨੂੰ ਪਤਾ ਨਹੀਂ ਵੀ ਉਹਨਾਂ ਚ ਹੈ ਕਿ ਨਹੀਂ ਹੈ। ਸੋ ਉਹ ਥੋੜਾ ਇਤਿਹਾਤ ਵਾਸਤੇ ਮੈਂ ਆਖਾਂਗਾ ਬਈ ਜੇ ਬਿਲਕੁਲ ਜ਼ਰੂਰਤ ਨਹੀਂ ਹੈ ਤਾਂ ਟਰੈਵਲ ਅਵੋਇਡ ਕਰੋ, ਤੇ ਜੇ ਬਹੁਤ ਹੀ ਅਹਿਮ ਹੈ ਫਿਰ ਤੁਸੀਂ ਆਪਣੀ ਰਿਸਕ ਅਸੈਸਮੈਂਟ ਕਰ ਸਕਦੇ ਹੋ। ਸੋ ਆਪਾਂ ਜੇ ਇੰਡੀਆ ਦੀ ਡਾਕਟਰ ਸਾਹਿਬ ਆਪਾਂ ਗੱਲ ਕਰੀਏ, ਆਪਣਾ ਜ਼ਿਆਦਾ ਜਿਹੜਾ ਵਾਹ ਵਾਸਤਾ ਜਾਂ ਆਪਣੀ ਜ਼ਿਆਦਾ ਜਿਹੜੇ ਲਿਸਨਰ ਨੇ ਇਸ ਟਾਈਮ ਜਿਹੜੇ ਸੁਣ ਰਹੇ ਨੇ ਉਹਨਾਂ ਦਾ ਇੰਡੀਆ ਦੇ ਨਾਲ ਜ਼ਿਆਦਾ ਸੰਪਰਕ, ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਲਾ ਲਓ, ਸੋ ਇਹਨਾਂ ਇੱਥੇ ਜਾਣ ਆਉਣ ਦੇ ਵਿੱਚ ਵੀ ਸਾਨੂੰ ਪਰਹੇਜ ਕਰਨਾ ਚਾਹੀਦਾ ਜਾਂ ਕੋਈ ਹਾਲੇ ਤੱਕ ਇਸ਼ੂ ਨਹੀਂ ਗਾ, ਸੋ ਇੱਥੇ ਕੀ ਆਪਾਂ ਸੁਜੈਸਟ ਕਰ ਸਕਦੇ ਹਾਂ? ਦੋ ਚੀਜ਼ਾਂ ਨੇ ਇਹਦੇ 'ਚ। ਇੰਡੀਆ ਲੈਟਸ ਸੇ ਜਾਣਾ, ਆਪਣੇ ਕੋਲ ਦੋ ਤਰ੍ਹਾਂ ਦੀਆਂ ਫਲਾਈਟਸ ਅਵੇਲੇਬਲ ਹੈ, ਇੱਕ ਤਾਂ ਜਿਹੜੀ ਇੱਥੋਂ ਚੱਲਣੀ ਉੱਥੇ ਰੁਕਣੀ, ਰਾਜ ਕਿਤੇ ਨਹੀਂ ਗੀ, ਠੀਕ ਹੈ ਜੀ। ਉਹਦੇ ਵਿੱਚ ਜਿਹੜੇ ਸਾਊਥ ਈਸਟ ਏਸ਼ੀਅਨ ਕੰਟਰੀਆਂ ਦੇ ਵਿੱਚ ਪੋਸੀਬਿਲਿਟੀ ਹੈ ਵੀ ਟਰੈਵਲਰਸ ਤੋਂ ਹੋਣ ਦੀ, ਉਹ ਰਿਸਕ ਘੱਟ ਗਿਆ, ਠੀਕ ਹੈ। ਦੂਸਰਾ ਪੁਆਇੰਟ ਆ ਜਾਂਦਾ ਉਹੀ ਜਿਹੜਾ ਮੈਂ ਪਹਿਲਾਂ ਕਿਹਾ ਵੀ ਜੇ ਤਾਂ ਬਿਲਕੁਲ ਹੀ ਜਾਣਾ ਹੀ ਜਾਣਾ, ਫਿਰ ਤਾਂ ਤੁਸੀਂ ਜਾਣਾ ਤੇ ਤੁਸੀਂ ਰਿਸਕ ਮਿਨੀਮਾਈਜ਼ ਕਰ ਸਕਦੇ ਵੀ ਸਿੱਧੀ ਫਲਾਈਟ ਲਓ, ਅਵੋਇਡ ਕਰੋ ਉਹ ਵਾਲੇ ਕੰਟਰੀ ਜਿਨ੍ਹਾਂ 'ਚ ਕੇਸਿਸ ਨੇ ਜੀ। ਇਹੋ ਸਲਾਹ ਮੈਂ ਦਾਂਗਾ ਵੀ ਜੇ ਤੇ ਤੁਸੀਂ ਅਵੋਇਡ ਕਰ ਸਕਦੇ ਹੋ ਵੈਲ ਐਂਡ ਗੁੱਡ, ਪਰ ਜੇ ਨਹੀਂ ਤਾਂ ਰਿਸਕ ਮਿਨੀਮਾਈਜ਼ ਕਰ ਸਕਦੇ ਹੋ। ਰਿਸਕ ਮੈਂ ਇਹ ਨਹੀਂ, ਮੈਨੂੰ ਨਹੀਂ ਲੱਗਦਾ ਵੀ ਰਿਸਕ ਜ਼ੀਰੋ ਹੈ, ਰਿਸਕ ਚਾਹੇ ਬਹੁਤ ਘੱਟ ਹੈ ਪਰ ਥੋੜਾ ਰਿਸਕ ਹੈ ਜੀ। ਸੋ ਜਿੱਦਾਂ ਹੁਣ ਹੌਲੀ ਹੌਲੀ ਡਾਕਟਰ ਸਾਹਿਬ ਮੌਸਮ ਵੀ ਚੇਂਜ ਹੋ ਰਿਹਾ ਵਾ, ਅਤੇ ਨੋਰਮਲੀ ਆਪਾਂ ਵੇਖਿਆ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਕਿ ਇਨਫਲੂਐਂਜ਼ਾ ਜਿਹੜਾ ਵਾ ਵੈਸੇ ਵੀ ਇਸ ਮੌਸਮ ਦੇ ਵਿੱਚ ਹੁਣ ਜਿਹੜੇ ਆਉਣ ਵਾਲੇ ਦਿਨ ਨੇ ਉਹਨਾਂ ਦੇ ਵਿੱਚ ਵੈਸੇ ਫੈਲ ਜਾਣਾ, ਹੁਣ ਆਪਣੇ ਬਾਰਿਸ਼ ਜਿਹੜੀ ਆ ਉਹ ਦੋ ਦਿਨ ਜ਼ਿਆਦਾ ਹੋਣ ਦੇ ਕਰਕੇ ਮੌਸਮ ਦੇ ਵਿੱਚ ਇੱਕ ਤਬਦੀਲੀ ਜਾਂ ਵੈਸੇ ਵੀ ਇੱਕ ਤਰ੍ਹਾਂ ਦੇ ਨਾਲ ਸਰਦੀ ਜ਼ੁਕਾਮ ਜਿਹੜਾ ਉਹ ਹੋਣਾ ਸ਼ੁਰੂ ਹੋ ਜਾਂਦਾ, ਸੋ ਉਹਨਾਂ ਹਾਲਾਤਾਂ ਦੇ ਵਿੱਚ ਚਾਂਸ ਹੋਰ ਵੀ ਜ਼ਿਆਦਾ ਵੱਧ ਜਾਣੇ ਆ ਇੱਕ ਸਮਝਣ ਦੇ ਵਿੱਚ ਕਿ ਕਿਹਨੂੰ ਕੀ ਹੋਇਆ ਵਾ, ਇੱਕ ਲੋਕਾਂ ਦੇ ਵਿੱਚ ਉੱਦਾਂ ਹੀ ਡਰ ਪਾਇਆ ਜਾ ਰਿਹਾ ਇੱਕ ਦੂਸਰੇ ਪ੍ਰਤੀ। ਸੋ ਇੱਥੇ ਕੀ ਬੈਸਟ ਸਲਾਹ ਆਪਾਂ ਆਪਣੇ ਸਰੋਤਿਆਂ ਨੂੰ ਦੇ ਸਕਦੇ ਹਾਂ ਇਹਨਾਂ ਹਾਲਾਤਾਂ 'ਚ? ਜਿਹੜੇ ਲੱਛਣ ਹੋਣਗੇ ਨਾ ਦੋਵਾਂ ਦੇ, ਚਾਹੇ ਉਹ ਆਮ ਨੱਕ ਜ਼ੁਕਾਮ ਹੈ ਜਿਹਨੂੰ ਕੋਲਡ ਵਾਇਰਸ ਕਹਿੰਦੇ ਆ, ਜਾਂ ਇਨਫਲੂਐਂਜ਼ਾ ਵਾਇਰਸ ਹੈ, ਜਾਂ ਇਹ ਹੁਣ ਕਰੋਨਾ ਕਹਿ ਲਓ, ਲੱਛਣ ਲਗਭਗ ਸਿਮਿਲਰ ਹੋਣਗੇ। ਇਹ ਕਿਹੜੀ ਕੀ ਚੀਜ਼ ਡਿਸਾਈਡ ਕਰਦੀ ਹੈ ਉਹ ਇਹ ਹੋਗਾ ਕਿ ਤੁਸੀਂ ਟਰੈਵਲ ਕੀਤਾ ਸੀ, ਜਾਂ ਕਿਸੇ ਟਰੈਵਲਰ ਜਿਹੜਾ ਬਾਹਰੋਂ ਆਇਆ ਫਲਾਣੇ ਕੰਟਰੀਆਂ 'ਚੋਂ, ਜਿਹੜੇ ਹੁਣ ਆਪਾਂ ਜਿਨ੍ਹਾਂ ਦੇ ਵਿੱਚ ਇਹ ਵਾਇਰਸ ਪਾਇਆ ਗਿਆ ਕਰੋਨਾ, ਹੈ ਨਾ, ਉਹਨਾਂ ਦੇ ਅਗਰ ਕੋਈ ਟਰੈਵਲਰ ਦੇ ਨਾਲ ਤੁਹਾਡਾ ਇੰਟਰੈਕਸ਼ਨ ਹੋਇਆ, ਜਾਂ ਕੋਈ ਓਕੂਪੇਸ਼ਨਲ ਐਕਸਪੋਜ਼ਰ ਹੋਇਆ ਜਿੱਦਾਂ ਹੋਸਪਿਟਲ ਦੇ ਸਟਾਫ ਸੀ, ਤੇ ਉਸ ਹਿਸਟਰੀ ਦੇ ਬੇਸ ਤੇ ਇਹਦਾ ਸਵਾਬ ਟੈਸਟ ਕੀਤਾ ਜਾਏਗਾ, ਜਾਂ ਜੇ ਮੈਂ ਮੇਰੇ ਇੱਦਾਂ ਦਾ ਪੇਸ਼ੈਂਟ ਆਉਂਦਾ ਮੈਨੂੰ ਸਸਪੀਸ਼ਨ ਹੈ ਤਾਂ ਮੈਂ ਉਹਦਾ ਕਰੋਨਾ ਦਾ ਵੀ ਟੈਸਟ ਕਰਾਂਗਾ ਔਰ ਦੂਸਰਾ ਇਨਫਲੂਐਂਜ਼ਾ ਦਾ ਵੀ ਕਰਾਂਗਾ। ਨਾਓ ਇੱਕ ਮੈਡੀਕਲ ਚ ਸੇਇੰਗ ਹੈ ਵੀ ਕਾਮਨ ਚੀਜ਼ਾਂ ਕਾਮਨ, ਹੈ ਨਾ, ਕਾਮਨ ਥਿੰਗਸ ਕਾਮਨ, ਦੈਟ ਮੀਨ ਕਿ ਜੇ ਜ਼ਿਆਦਾ 3 ਲੱਖ ਤੋਂ ਜ਼ਿਆਦਾ ਇਨਫਲੂਐਂਜ਼ਾ ਹੋਇਆ ਸੀ ਆਸਟ੍ਰੇਲੀਆ ਤਾਂ ਚਾਂਸਿਸ ਹੈ ਕਿ ਉਹ ਵਾਲਾ ਉਹਦੇ 'ਚ ਜ਼ਿਆਦਾ ਹੋਏਗਾ, ਪਰ ਜੇ ਟਰੈਵਲ ਹਿਸਟਰੀ ਸਟਰੋਂਗ ਹੈ ਜਾਂ ਕਿਸੇ ਦੇ ਨਾਲ ਕਿਸੇ ਟਰੈਵਲਰ ਦੇ ਨਾਲ ਕੰਟੈਕਟ ਹੈ ਜਾਂ ਓਕੂਪੇਸ਼ਨਲ ਐਕਸਪੋਜ਼ਰ ਹੈ, ਫਿਰ ਡੈਫੀਨੇਟਲੀ ਆਪਾਂ ਨੂੰ ਰੂਲ ਆਊਟ ਕਰਨਾ ਚਾਹੀਦਾ। ਇਸ ਵੇਲੇ ਜਿੰਨਾ ਵੀ ਇਹ ਡਾਟਾ ਜਾਂ ਕੇਸਿਸ ਅਸੀਂ ਰੋਜ਼ ਗਿਣਦੇ ਹਾਂ ਓਬਸੈਸਿਵ ਤਰੀਕੇ ਨਾਲ ਕਿੰਨੀਆਂ ਡੈਥਸ ਹੋਈਆਂ, ਇਹ ਪਬਲਿਕ ਹੈਲਥ ਪਿਕਚਰ ਕ੍ਰੀਏਟ ਕਰਨ ਵਾਸਤੇ ਆ। ਜਿਹੜੀ ਇਹਦੀ ਟ੍ਰੀਟਮੈਂਟ ਵਾਈਜ਼ ਤਾਂ ਉਹੀ ਹੈ, ਸਪੋਰਟਿਵ ਕੇਅਰ, ਆਈਸੋਲੇਸ਼ਨ, ਹਾਈਜੀਨ ਅਤੇ ਆਪਣਾ ਪ੍ਰਾਇਮਰੀ ਹੈਲਥ ਠੀਕ ਰੱਖੋ, ਉਹ ਆਪਾਂ ਨੂੰ ਵੈਸੇ ਹੀ ਕਰਨੀਆਂ ਚਾਹੀਦੀਆਂ ਚੀਜ਼ਾਂ।
ਜੀ ਸੋ ਡਾਕਟਰ ਸਾਹਿਬ, ਕਿਵੇਂ ਆਪਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਕਿ ਮੰਨ ਲਓ ਕਿਆਸ ਰਹੀਆਂ ਲਾਈਆਂ ਜਾ ਰਹੀਆਂ ਨੇ, ਜੇ ਕਰ ਆਪਾਂ ਡਾਕਟਰੀ ਪੁਆਇੰਟ ਆਫ ਵਿਊ ਦੇ ਨਾਲ ਆਪਾਂ ਵੇਖੀਏ, ਇੱਕ ਪਿਛਲੇ ਹਫ਼ਤੇ ਵੀ ਕਾਫੀ ਲੰਮਾ ਚੌੜਾ ਇੱਕ ਜਿਹੜਾ ਇਹਦੇ ਉੱਤੇ ਲੇਖ ਆਇਆ ਅਖਬਾਰ ਦੇ ਵਿੱਚ ਕਿ ਜਿਹੜੀ ਸਾਡੇ ਹੋਸਪਿਟਲ ਨੇ ਉਹਨਾਂ ਦੇ ਵਿੱਚ ਤਾਂ ਵੈਸੇ ਹੀ ਨੋਰਮਲੀ ਜਿਹੜੇ ਆਮ ਇਹਨਾਂ ਬਿਮਾਰੀਆਂ ਤੋਂ ਇਲਾਵਾ, ਮਹਾਂਮਾਰੀਆਂ ਤੋਂ ਇਲਾਵਾ ਵੀ ਲੰਮਾ ਲੰਮਾ ਸਾਨੂੰ ਵੇਟ ਕਰਨਾ ਪੈਂਦਾ ਐਮਰਜੈਂਸੀ ਦੇ ਵਿੱਚ, ਡਾਕਟਰਸ ਦੀ ਸਾਡੇ ਕੋਲ ਔਲਰੇਡੀ, ਨਰਸਿਸ ਦੀ ਔਲਰੇਡੀ ਸਾਡੇ ਕੋਲ ਘਾਟ ਆ। ਸੋ ਇਸ ਸਾਰੇ ਕੁਛ ਦੇ ਚੱਲਦਿਆਂ ਆਸਟ੍ਰੇਲੀਆ ਕਿੱਦਾਂ ਉਹਨੂੰ ਪਲੈਨ ਕਰ ਰਿਹਾ, ਕੀ ਆਸਟ੍ਰੇਲੀਅਨ ਸਿਸਟਮ ਜਿਹੜਾ ਹੈਲਥ ਸਿਸਟਮ ਹੈ ਇਸ ਟਾਈਮ ਦੇ ਉੱਤੇ ਸਕਸ਼ਮ ਆ ਕਿ ਇਹਨਾਂ ਹਾਲਾਤਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਨਜਿੱਠ ਸਕੇ, ਕਿਉਂਕਿ ਕੁਛ ਇੱਕ ਹਵਾਲੇ ਇੱਦਾਂ ਦੇ ਆ ਵੀ ਰਹੇ ਨੇ ਕਿ ਸਾਡੇ ਕੋਲ ਪ੍ਰੋਪਰ ਜਿਹੜੀਆਂ ਇਸ ਟਾਈਮ ਦੇ ਉੱਤੇ ਹੈ ਹੀ ਨਹੀਂ ਗੀਆਂ ਉਦਾਂ ਦੀਆਂ ਸੁੱਖ ਸੁਵਿਧਾਵਾਂ। ਹਾਂਜੀ, ਓਵਰਆਲ ਪ੍ਰਾਈਮ ਮਿਨਿਸਟਰ ਨੇ ਇਹਨੂੰ ਇੱਕ ਐਮਰਜੈਂਸੀ ਡਿਕਲੇਅਰ ਕੀਤਾ। ਦੈਟ ਮੀਨ ਜਿੰਨੇ ਪਬਲਿਕ ਹਸਪੀਟਲ, ਈਵਨ ਪ੍ਰਾਈਵੇਟ ਵੀ, ਮੈਂ ਵਿਕਟੋਰੀਆ ਦਾ ਰੈਫਰੈਂਸ ਦੇ ਸਕਦਾ, ਇਹਨਾਂ ਦੇ ਸੀਨੀਅਰ ਐਗਜ਼ੈਕਟਿਵ ਲੀਡਰਸ਼ਿਪ ਮੌਕ ਐਕਸਰਸਾਈਜ਼ ਜਾਂ ਦੀ ਪਲੈਨਿੰਗ ਤੇ ਡਿਜ਼ਾਸਟਰ ਪਲੈਨਿੰਗ ਦੇ ਨਾਲ ਤਿਆਰ ਨੇ। ਸੋ ਉਹਦੇ ਵਿੱਚ ਕਈ ਤਰ੍ਹਾਂ ਦੇ ਮੈਸ਼ਰ ਲੈਂਦੇ ਨੇ, ਇਲੈਕਟਿਵ ਪ੍ਰੋਸੀਜਰ, ਸਰਜਰੀਜ, ਇਹੋ ਜਿਹੀਆਂ ਚੀਜ਼ਾਂ ਨੂੰ ਰੋਕ ਕੇ ਫਿਰ ਉਹ ਆਈਸੋਲੇਸ਼ਨ ਰੂਮ ਕ੍ਰੀਏਟ ਕਰ ਦਿੰਦੇ ਨੇ। ਤੇ ਇਹਦਾ ਐਗਜੈਕਟਲੀ ਪਤਾ ਉਦੋਂ ਹੀ ਲੱਗਦਾ ਜਦੋਂ ਕੁਛ ਹੁੰਦਾ। ਸੋ ਪ੍ਰਪੇਅਰਨੈਸ ਪੁਆਇੰਟ ਆਫ ਵਿਊ ਕਾਫੀ ਚੀਜ਼ਾਂ ਬਾਰੇ ਇਹਦਾ ਕੀਤਾ ਜਾ ਰਿਹਾ। ਔਰ ਅਗਰ ਤੁਹਾਨੂੰ ਯਾਦ ਹੋਏ, ਜਦੋਂ ਸਾਰਸ ਫੈਲਿਆ ਸੀ 2009 ਦੇ ਵਿੱਚ, ਉਦੋਂ ਐਮਰਜੈਂਸੀਜ ਦੇ ਵਿੱਚ ਰਾਦਰ ਦੈਨ ਸਟੈਂਡਰਡ ਏਰੀਆ ਸਾਰੇ ਵੇਟ ਕਰਨ, ਇਹਨਾਂ ਦੇ ਵਾਸਤੇ ਅਲੱਗ ਕਲੀਨਿਕ ਬਣਾਇਆ ਗਿਆ ਸੀ ਕਿ ਟ੍ਰਿਆਜ ਤੇ ਆ ਕੇ ਅਗਰ ਕੋਈ ਕਹਿੰਦਾ ਤਾਂ ਉਹ ਕੀ ਸਵਾਲ ਪੁੱਛੇ ਜਾਂਦੇ ਨੇ ਵੀ ਇਹ ਤੁਹਾਨੂੰ ਹੈ, ਇਹ ਹੈ ਜਾਂ ਨਹੀਂ ਹੈ, ਤੇ ਉਹਨਾਂ ਨੂੰ ਅਲੱਗ ਪਾਸੇ ਭੇਜਤਾ ਜਾਂਦਾ ਤਾਂ ਜੋ ਉਹ ਆਪਣਾ ਬਾਕੀਆਂ ਨਾਲ ਸਾਂਝੇ ਨਾ ਕਰਨ ਉਹ ਲਈ ਬਿਮਾਰੀ ਨੂੰ। ਸੋ ਉਹੋ ਜਿਹੀਆਂ ਚੀਜ਼ਾਂ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਐਕਟੀਵੇਟ ਹੋਣਗੀਆਂ ਜੀ। ਸੋ ਇਸ ਟਾਈਮ ਦੇ ਉੱਤੇ ਜੇ ਆਪਾਂ ਵੇਖੀਏ ਤਾਂ ਸਾਰਾ ਕੁਛ ਜਿਹੜਾ ਇੰਤਜ਼ਾਮ ਸਰਕਾਰ ਐਡਵਾਂਸ ਦੇ ਵਿੱਚ ਹੀ ਕਰ ਰਹੀ ਆ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ। ਸੋ ਐਜ਼ ਏ ਡਾਕਟਰ, ਮੈਂ ਇੱਕ ਚੀਜ਼ ਜਿਹੜੀ ਮੈਂ ਓਬਜ਼ਰਵ ਕੀਤੀ ਆ ਡਾਕਟਰ ਸਾਹਿਬ ਤੁਹਾਡੇ ਕੋਲੋਂ ਜ਼ਰੂਰ ਪੁੱਛਣੀ ਚਾਹੂੰਗਾ, ਪਿਛਲੇ ਦਿਨਾਂ ਦੇ ਵਿੱਚ ਕਿਸੇ ਨਾ ਕਿਸੇ ਵਜ੍ਹਾ ਕਰਕੇ ਮੇਰਾ ਕਲੀਨਿਕ ਦੇ ਵਿੱਚ ਜਾਣਾ ਆਉਣਾ ਹੋਇਆ। ਉੱਥੇ ਮੈਂ ਕੀ ਵੇਖਦਾ ਕਿ ਇੱਕ ਬੰਦੇ ਨੂੰ ਆਮ ਨੋਰਮਲ ਜੇਕਰ ਫਲੂ ਵੀ ਹੋਇਆ, ਮੈਂ ਮੰਨਦਾ ਵਾਂ ਕਿ ਨੋਰਮਲ ਫਲੂ ਹੀ ਹੋਊਗਾ, ਕੋਲਡ ਜਾਂ ਉੱਥੇ ਜਿਹੜੇ ਵੇਟਿੰਗ ਏਰੀਆ ਵਾ ਉਹਦੇ ਵਿੱਚ ਬੈਠਿਆਂ ਉਸ ਬੰਦੇ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਕੀ ਹੋਇਆ ਵਾਪਰਿਆ ਨੂੰ। ਇੱਕ ਬਿਲਕੁਲ ਬੰਦਾ ਜਿਹੜੇ ਉੱਥੇ ਬੈਠੇ ਸੀ ਨਾ, ਉਹ ਸਾਰੇ ਦੇ ਸਾਰੇ ਪੈਨਿਕ ਹੋਏ ਸੀ, ਸਾਰਿਆਂ ਨੇ ਆਪਣੇ ਨੱਕ ਟੱਕੇ ਜਾਂ ਕੁਛ ਨਾ ਕੁਛ, ਉਹ ਆਪਣੇ ਆਪਣੇ ਤਰੀਕੇ ਦੇ ਨਾਲ ਉਹਨੂੰ ਬਚਣ ਦੀ ਕੋਸ਼ਿਸ਼ ਕਰ ਰਹੀ, ਉਹਦੇ ਤੋਂ ਹਟਵਾਂ ਹੋ ਕੇ ਬਹਿ ਰਹੀ। ਪਰ ਉਹਦੇ 'ਚ ਉਸ ਦੇ ਦੌਰਾਨ ਮੈਂ ਇਹ ਚੀਜ਼ ਓਬਜ਼ਰਵ ਕੀਤੀ ਕਿ ਨਾ ਤਾਂ ਰਿਸੈਪਸ਼ਨਿਸਟ ਨੇ ਕੋਈ ਕਿਸੇ ਕਿਸਮ ਦਾ ਮਾਸਕ ਜਾਂ ਕੋਈ ਪ੍ਰਿਕੋਸ਼ਨ ਲਿਆ ਸੀ, ਅਤੇ ਨਾ ਹੀ ਡਾਕਟਰ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਕਰ ਰਹੇ ਨੇ ਫਿਲਹਾਲ ਹਾਲੇ ਤੱਕ ਕਿ ਉਹਨਾਂ ਮਰੀਜ਼ਾਂ ਨੂੰ, ਕਿਉਂਕਿ ਜਦੋਂ ਤੁਸੀਂ ਚੈੱਕ ਕਰ ਲਿਆ ਜਾਂ ਕਲੀਅਰ ਹੋ ਗਿਆ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਵਾ, ਪਰ ਪਹਿਲਾਂ ਸੱਪ ਆ ਜਾਂ ਛੀ ਆ ਤੁਹਾਨੂੰ ਕੁਛ ਪਤਾ ਨਹੀਂ ਆ। ਉਸ ਬੰਦੇ ਨੂੰ ਜਾਂ ਉਸ ਜਨਾਨੀ ਨੂੰ ਉਸ ਬੱਚੇ ਨੂੰ ਹੋ ਵੀ ਸਕਦਾ ਕੁਛ ਨਾ ਕੁਛ। ਸੋ ਡਾਕਟਰਸ ਜਿਹੜੇ ਨੇ ਹਾਲੇ ਤੱਕ ਉਸ ਤਰੀਕੇ ਦੇ ਨਾਲ ਨਹੀਂ ਟ੍ਰੀਟ ਕਰ ਰਹੇ, ਹਾਲੇ ਤੱਕ ਵੀ ਕਲੀਨਿਕਸ ਦੇ ਵਿੱਚ ਬੜਾ ਲਾਈਟਲੀ ਜਿਹਾ ਮਾਹੌਲ ਚੱਲ ਆ। ਕੀ ਉਹ ਲਾਈਟਲੀ ਇਸ ਕਰਕੇ ਆ ਕਿ ਐਡੀ ਵੱਡੀ ਸਮੱਸਿਆ ਹੀ ਨਹੀਂ ਗੀ, ਜਾਂ ਹਾਲੇ ਤੱਕ ਉਹਨਾਂ ਨੂੰ ਇੰਸਟਰਕਸ਼ਨਸ ਹੀ ਨਹੀਂ ਦਿੱਤੀਆਂ ਗਈਆਂ, ਜਾਂ ਉਹ ਗਲਤ ਪ੍ਰੈਕਟਿਸ ਸੀ ਜੋ ਮੈਂ ਵੇਖ ਲਈ? ਇੰਸਟਰਕਸ਼ਨ ਦੇ ਪੱਖੋਂ ਸਾਡਾ ਜਿਹੜਾ RACGP ਕਾਲਜ ਹੈ, ਫਿਜ਼ੀਸ਼ੀਅਨ ਕਾਲਜ ਹੈ ਔਰ ਗਵਰਨਮੈਂਟ ਹੈ, ਔਰ ਆਲਮੋਸਟ ਡੇਲੀ ਈਮੇਲ ਆਉਂਦੀ ਹੈ ਹਰ ਰਜਿਸਟਰ ਡਾਕਟਰ ਨੂੰ, ਚੀਫ ਮੈਡੀਕਲ ਆਫਿਸਰ ਤੋਂ, ਜਿਹੜਾ ਕਿ ਸਾਡਾ ਸੀਨੀਅਰ ਪਬਲਿਕ ਹੈਲਥ ਬਿਊਰੋਕਰੈਟ ਹੈ ਸਟੇਟ ਦਾ ਵੀ ਔਰ ਕੰਟਰੀ ਦਾ ਵੀ। ਉਹਦੇ ਵਿੱਚ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨੇ। ਔਰ ਜਿਹੜੇ ਹੋਸਪਿਟਲ ਮੈਂ ਕੰਮ ਕਰਦਾ ਉਹਨਾਂ ਦੀ ਮੇਨ ਸੈਪਸ਼ਨ ਤੇ ਹਰ ਕੈਂਪਸ ਤੇ ਐਂਟਰੈਂਸ ਤੇ ਇੱਕ ASIGN ਵੱਡਾ ਬੋਰਡ ਲੱਗਿਆ ਵੀ ਜੇ ਤੁਸੀਂ ਓਵਰਸੀਜ਼ ਤੋਂ ਟਰੈਵਲ ਕੀਤੇ ਹੋ ਤੇ ਤੁਹਾਨੂੰ ਇਹ ਲੱਛਣ ਨੇ ਤੇ ਤੁਸੀਂ ਐਮਰਜੈਂਸੀ ਨੂੰ ਫੋਨ ਕਰ ਲਓ ਜਾਣ ਤੋਂ ਪਹਿਲਾਂ। ਸੋ ਇਹ ਦੱਸਿਆ ਗਿਆ। ਸੋ ਆਈ ਥਿੰਕ ਇੰਡੀਵਿਜੁਅਲੀ ਪ੍ਰੈਕਟਿਸ ਥੋੜ੍ਹਾ ਆਪਣੇ ਤਰੀਕੇ ਨਾਲ ਮੈਨੇਜ ਕਰ ਰਹੇ ਕਿਉਂਕਿ ਇਹ ਸਾਰੇ ਸਮਾਲ ਬਿਜ਼ਨਸ ਨੇ, ਇਹਨਾਂ ਨੂੰ ਐਡਵਾਈਜ਼ ਕੀਤਾ ਜਾ ਸਕਦਾ, ਰੈਗੂਲੇਟ ਕਰਨਾ ਮੁਸ਼ਕਲ ਹੈ। ਪਰ ਜੇ ਮੈਂ ਆਪਣੀ ਪ੍ਰੈਕਟਿਸ ਰਨ ਕਰ ਰਿਹਾ, ਔਰ ਇਹ ਚੀਜ਼ ਪਹਿਲਾਂ ਵੀ ਹੋਈ ਸੀ, ਤੁਹਾਨੂੰ ਯਾਦ ਹੋਣਾ ਜਦੋਂ ਥੰਡਰਸਟੋਰਮ ਐਸਮਾ ਫੈਲਿਆ ਸੀ, ਉਸ ਤੋਂ ਬਾਅਦ ਇਹ ਟ੍ਰੇਨਿੰਗ ਦਿੱਤੀ ਗਈ ਸੀ ਰਿਸੈਪਸ਼ਨ ਸਟਾਫ ਤੋਂ ਲੈ ਕੇ ਅੱਗੇ ਤੱਕ ਵੀ ਜੇ ਤੁਸੀਂ ਵੇਟਿੰਗ ਰੂਮ ਦੇ ਵਿੱਚ ਬੈਠੇ ਇਸ ਤਰ੍ਹਾਂ ਕੋਈ ਨੋਟ ਕਰ ਰਹੇ ਹੋ ਤੇ ਅਲਰਟ ਕਰੋ। ਤੋ ਅਸੀਂ ਇਹ ਰੂਟੀਨਲੀ ਇਹ ਟ੍ਰੇਨਿੰਗ ਰਨ ਕਰਦੇ ਹਾਂ, ਪਰ ਮੇਰੇ ਹਿਸਾਬ ਨਾਲ ਇਹ ਪ੍ਰੈਕਟਿਸ ਇਸ ਲਈ ਬਹੁਤ ਹੀ ਅਹਿਮ ਹੈ ਵੀ ਜਿੱਦਾਂ ਤੁਸੀਂ ਕਿਹਾ ਵੀ ਬਾਅਦ ਚੋਂ ਤਾਂ ਚਲੋ ਪਾ ਲਾ ਜਾਂਦਾ ਵੀ ਕੋਲਡ ਫਲੂ ਹੈ ਜਾਂ ਕੀ ਹੈ ਕਿ ਨਹੀਂ, ਪਰ ਉਸ ਵੇਲੇ ਉੱਥੇ ਬੈਠੇ ਸਿਰਫ ਲੋਕਾਂ ਨੂੰ ਉਹਨਾਂ ਦੇ ਸਿਮਟਮ ਦੇਖ ਰਹੇ ਨੇ, ਉਹਨਾਂ ਨੂੰ ਉਹਨਾਂ ਦੇ ਮੱਥੇ 'ਤੇ ਨਹੀਂ ਲਿਖਿਆ ਵੀ ਇਹ ਬਾਹਰੋਂ ਘੁੰਮ ਕੇ ਆਏ ਨੇ ਕਿ ਨਹੀਂ। ਤੇ ਇਹ TV ਤੇ ਵੀ ਵੈਸੇ ਮੈਸੇਜ ਦਿੱਤਾ ਗਿਆ ਸੀ ਜਾਂ ਹੋਰ ਵੀ ਮੀਡੀਆ ਦੇ ਥਰੂ ਕਿ ਜੇ ਤੁਸੀਂ ਤੁਹਾਨੂੰ ਲੱਗ ਰਿਹਾ ਵੀ ਤੁਹਾਨੂੰ ਇਹ ਚੀਜ਼ ਹੈਗੀ ਹੈ ਤੇ ਤੁਸੀਂ ਐਮਰਜੈਂਸੀ ਨੂੰ ਪਹਿਲਾਂ ਫੋਨ ਕਰ ਦੇਣਾ ਜਾਂ ਡਾਕਟਰਸ ਨੂੰ, ਈਵਨ ਐਂਬੂਲੈਂਸ ਨੂੰ ਵੀ ਕਿ ਆਹ ਹੈਗਾ, ਤਾਂ ਜੋ ਉਹ ਪ੍ਰਪੇਅਰ ਹੋ ਕੇ ਆਉਣ।
ਕਿਉਂਕਿ ਤੁਸੀਂ ਨਹੀਂ ਚਾਹੁੰਦੇ। ਮੰਨ ਲਓ ਇੱਕ ਇਹ ਵੀ ਖਬਰ ਸੀਗੀ ਕਿ ਸਲਾਹ ਦਿੱਤੀ ਜਾ ਰਹੀ ਜਨਤਾ ਨੂੰ ਵੀ ਤੁਸੀਂ ਆਪਣੇ ਡਾਕਟਰ ਕੋਲ ਚੱਲ ਜਾਓ, ਉਹ ਥੋੜੀ ਗਲਤ ਹੈ। ਜਾ ਕੇ ਤੁਸੀਂ ਬਿਨਾਂ ਦੱਸੇ ਚੱਲ ਜਾਓ, ਮੰਨ ਲਓ ਡਾਕਟਰ ਨੇ ਇੱਦਾਂ ਐਗਜ਼ਾਮਿਨ ਕਰ ਲਿਆ, ਹੁਣ ਡਾਕਟਰ ਦਾ ਵੀ ਰਿਸਕ ਆ ਗਿਆ, 14 ਦਿਨ ਲਈ ਇੱਕ GP ਇੱਕ ਕਮਿਊਨਿਟੀ ਤੋਂ ਤੁਸੀਂ ਪਰੇ ਕਰ ਲਿਆ। ਸ਼ਹਿਰਾਂ 'ਚ ਸ਼ਾਇਦ ਇੰਨੀ ਸਮੱਸਿਆ ਨਾ ਹੋਏਗੀ, ਪਰ ਇੱਕ ਸਮਾਲ ਟਾਊਨ ਦੇ ਵਿੱਚ ਜਿੱਥੇ ਹੈ ਹੀ 2-3 GP, ਉਹਨਾਂ 'ਚੋਂ 2 ਨੂੰ ਤੁਸੀਂ ਆਈਸੋਲੇਸ਼ਨ 'ਚ ਪਾਤਾ, ਤੇ ਉਹ ਸਾਰੀ ਕਮਿਊਨਿਟੀ ਲਈ ਬੜੀ ਵੱਡੀ ਸਮੱਸਿਆ ਬਣ ਜਾਏਗੀ। ਸੋ ਇਸ ਕਰਕੇ ਜ਼ਰੂਰੀ ਹੈ ਵੀ ਵੈਸੇ ਸਟਾਫ ਨੂੰ ਵੀ, ਪਰ ਮਰੀਜ਼ ਵੀ ਜਿਹੜੇ ਨੇ ਉਹਨਾਂ ਨੂੰ ਵੀ, ਇਹ ਵੀ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਇਹ ਹੋ ਸਕਦਾ, ਤੁਸੀਂ ਫੋਨ ਪਹਿਲਾਂ ਕਰ ਦਿਓ ਵੀ ਮੈਨੂੰ ਇਹ ਫੀਲ ਹੋ ਰਿਹਾ ਤੇ ਮੈਂ ਆ ਰਿਹਾ, ਤੇ ਉਹ ਤੁਹਾਨੂੰ ਐਡਵਾਈਸ ਕਰ ਦੇਣਗੇ ਐਮਰਜੈਂਸੀ ਦੇ ਵਿੱਚ ਕਿ ਤੁਸੀਂ ਆਪ ਮੂੰਹ ਤੇ ਪਾ ਕੇ ਆਉਣਾ, ਜਾਂ ਆਉਂਦੇ ਤੁਹਾਨੂੰ ਮਾਸਕ ਦੇ ਦੇਣਗੇ ਔਰ ਸਾਈਡ ਤੇ ਕਰ ਦੇਣਗੇ ਤਾਂ ਜੋ ਬਾਕੀਆਂ ਨੂੰ ਐਕਸਪੋਜ਼ਰ ਨਾ ਹੋਵੇ। ਜੀ, ਸੋ ਬੜਾ ਵਧੀਆ ਪੁਆਇੰਟ ਰੇਜ਼ ਕੀਤਾ ਕਿ ਜੇ ਤੁਹਾਨੂੰ ਸਸਪੀਸ਼ਨ ਹੈ ਤਾਂ ਪਹਿਲਾਂ ਹੀ ਐਡਵਾਂਸ ਫੋਨ ਤੇ ਉਹਨਾਂ ਨੂੰ ਦੱਸ ਦਿਓ। ਦੱਸ ਦੇਣ। ਸੋ ਡਾਕਟਰ ਸਾਹਿਬ, ਜਾਂਦੇ ਜਾਂਦੇ ਆਖਰੀ ਸਵਾਲ, ਬਹੁਤ ਸਾਰਾ ਸਾਰਾ ਡਰਾਈਵਿੰਗ ਭਾਈਚਾਰਾ ਜਿਹੜਾ ਇਸ ਟਾਈਮ ਸੁਣ ਰਿਹਾ ਹੁੰਦਾ ਵਾ, ਸੋ ਟੈਕਸੀ, ਉਬਰ ਅਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸਰਵਿਸਿਜ਼ ਨੇ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਲੋਕ ਆ ਕੇ ਬਹਿਣੇ ਹੁੰਦੇ, ਸਵਾਰੀਆਂ ਆ ਕੇ ਬਹਿਣੀਆਂ ਹੁੰਦੀਆਂ ਨੇ, ਉਹਨਾਂ ਦੇ ਲਈ ਕੀ ਪ੍ਰੀਕੋਸ਼ਨਸ ਨੇ, ਕੀ ਬੈਸਟ ਉਹ ਕਰ ਸਕਦੇ? ਪ੍ਰੀਕੋਸ਼ਨ ਜੇ ਤੁਹਾਨੂੰ ਵਿਜ਼ੀਬਲੀ ਦੇਖ ਰਿਹਾ ਕਿ ਬੰਦਾ ਠੀਕ ਨਹੀਂ ਹੈ, ਐਂਡ ਆਈ ਥਿੰਕ ਇਟਸ ਓਕੇ ਟੂ ਉਹਨਾਂ ਨੂੰ ਪੁੱਛਣਾ ਜਾਂ ਕਹਿਣਾ ਵੀ ਆਈ ਓਕੇ, ਮੈਂ ਠੀਕ ਹੋ, ਤੁਸੀਂ ਬਾਹਰੋਂ ਤਾਂ ਨਹੀਂ ਆਏ, ਅਤੇ ਤੁਸੀਂ ਇਹ ਜੇ ਮਾਸਕ ਨਾਲ ਰੱਖਦੇ ਹੋ, ਪਰ ਮਾਸਕ ਪ੍ਰੋਪਰ ਹੋਣਾ ਚਾਹੀਦਾ ਤਾਂ ਉਹਦਾ ਫਾਇਦਾ, ਜੇ ਨਹੀਂ ਤਾਂ ਇੱਕ ਝੂਠਾ ਵਿਸ਼ਵਾਸ ਹੈ ਵੀ ਮੈਂ ਵੈਸੇ ਮੂੰਹ ਢੱਕਿਆ, ਸਾਈਡ ਤੋਂ ਖੁੱਲ੍ਹਾ ਅਤੇ ਮੈਨੂੰ ਕੁਛ ਹੋਣਾ ਨਹੀਂ। ਅਗੇਨ ਉਹੀ ਸਟੈਂਡਰਡ ਹੈਂਡ ਹਾਈਜੀਨ ਵਗੈਰਾ ਨੇ, ਜੇ ਆਪਾਂ ਨੂੰ ਹੈਂਡਸ਼ੇਕ ਵੀ ਕਰਨ ਦੀ ਲੋੜ ਨਹੀਂ ਜ਼ਿਆਦਾ, ਵੈਸੇ ਆਪਣੇ ਭਾਈਚਾਰੇ 'ਚ ਬੰਦਿਆਂ 'ਚ ਹੁੰਦਾ ਵੀ ਅਸੀਂ ਜ਼ਰੂਰ ਹੈਂਡਸ਼ੇਕ ਕਰਦੇ ਹਾਂ, ਅਤੇ ਦੇਰ ਇਜ਼ ਨੋ ਨੀਡ ਫੋਰ ਦੈਟ। ਸੋ ਇੱਕੋ ਵੀ ਜਿੰਨਾ ਤੁਸੀਂ ਕੋਂਟੈਕਟ ਮਿਨੀਮਾਈਜ਼ ਕਰ ਰਹੇ ਹੋ ਉਨਾ ਚੰਗਾ। ਜੀ, ਅਤੇ ਨਾਲ ਦੀ ਨਾਲ ਜਿਹੜੇ ਇੱਕ ਸਵਾਲ ਵੀ ਸੀ ਕਿ ਜਿਹੜੇ ਉਹ ਹੈਂਡਲ ਨੇ ਗੱਡੀਆਂ ਦੇ, ਕੀ ਉਹਨਾਂ ਨੂੰ ਵੀ ਜੇਕਰ ਕੋਈ ਸ਼ੱਕ ਪੈਂਦਾ ਤਾਂ ਉਹਨਾਂ ਨੂੰ ਵੀ ਸੈਨੀਟਾਈਜ਼ ਕਰਨ ਦੀ ਲੋੜ ਹੈ ਜਾਂ ਇੰਨਾ ਜ਼ਿਆਦਾ ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਹਾਲੇ? ਸੋ ਇਹ ਥੋੜ੍ਹੀ ਇਵੋਲਵਿੰਗ ਰਿਪੋਰਟਸ ਮੈਂ ਪੜ੍ਹੀਆਂ ਇਹਦੇ ਬਾਰੇ, ਪਹਿਲਾਂ ਕਹਿ ਰਹੇ ਸੀ ਕਿ ਬਿਮਾਰ ਜਿਹਾ ਗਿਆ ਤੇ ਉਸ ਤੋਂ ਬਾਅਦ ਉਹਨੂੰ ਸੈਨੇਟਾਈਜ਼ ਕਰ ਲਓ, ਜਾਂ ਈਵਨ ਸੋਪ ਵਾਟਰ ਨਾਲ ਵੀ ਕਰ ਲਓ ਤੇ ਉਹ ਵੀ ਓਨਾ ਹੀ ਇਫੈਕਟਿਵ ਹੈ। ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਟਾਈਮ ਕੱਢਣ ਦੇ ਲਈ। ਬਹੁਤ ਬਹੁਤ ਧੰਨਵਾਦ ਜੀ। ਜੀ ਦੋਸਤੋ, ਇਹ ਸਨ ਡਾਕਟਰ ਸੰਦੀਪ ਭਗਤ ਜਿਹੜੇ ਸਾਨੂੰ ਅੱਜ ਦੇ ਦਿਨ ਦੱਸ ਰਹੇ ਸੀ ਕਿ ਕੋਰੋਨਾ ਵਾਇਰਸ ਕਿਹੜੀ ਸਟੇਜ ਦੇ ਉੱਤੇ ਇਸ ਟਾਈਮ 'ਤੇ ਕਿਹੜੇ ਕਿਹੜੇ ਤਰੀਕੇ ਆ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ, ਕਿਹੜੀਆਂ ਕਿਹੜੀਆਂ ਅਫਵਾਹਾਂ ਇਸ ਟਾਈਮ ਮਾਰਕੀਟ ਦੇ ਵਿੱਚ ਫੈਲੀਆਂ ਨੇ, ਅਤੇ ਹੁਣ ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲੈਂਦੇ ਹਾਂ, ਫਿਰ ਦੁਬਾਰਾ ਤੋਂ ਤੁਹਾਡੇ ਨਾਲ ਹਾਜ਼ਰੀ ਲਵਾਵਾਂਗੇ, ਗੱਲਾਂ ਤੁਹਾਡੀਆਂ ਸਾਡੀਆਂ। ਜੇਕਰ ਤੁਹਾਡੇ ਮਨ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਜਿਹੜੇ ਤੁਸੀਂ ਸਾਨੂੰ ਭੇਜੇ ਵੀ ਆ, ਮੈਨੂੰ ਲੱਗਦਾ ਕਿ ਲਗਭਗ ਉਹਨਾਂ ਸਾਰਿਆਂ ਦੇ ਆਨਸਰ ਜਿਹੜੇ ਨੇ ਉਹ ਇਸ ਕਨਵਰਸੇਸ਼ਨ 'ਚ ਆਲਰੇਡੀ ਹੋ ਚੁੱਕੇ ਆ, ਕੁਛ ਇੱਕ ਸਵਾਲ ਨਹੀਂ ਮੈਂ ਅੰਡਰਸਟੈਂਡ ਕਰ ਪਾਇਆ ਕੀ ਤੁਸੀਂ ਕਹਿਣਾ ਚਾਹ ਰਹੇ ਹੋ, ਪਲੀਜ਼ ਦੁਬਾਰਾ ਤੋਂ ਤੁਸੀਂ ਜ਼ਰੂਰ ਕਰੋ, ਅਤੇ ਜਾਂ ਸਮਾਂ ਹੈਗਾ ਤਾਂ ਤੁਸੀਂ ਕਾਲ ਕਰ ਸਕਦੇ ਹੋ। ਲਗਭਗ ਇਹ ਜਿਹੜੀ ਇਨਫੋਰਮੇਸ਼ਨ ਹੈ ਇਹ ਆਪਾਂ ਫਿਰ ਦੁਬਾਰਾ ਤੋਂ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ, ਜੇਕਰ ਕੋਈ ਸਵਾਲ ਅੜਦਾ ਹੋਇਆ ਤਾਂ ਫਿਰ ਆਪਾਂ ਫਿਰ ਜ਼ਰੂਰ ਦੁਬਾਰਾ ਤੋਂ ਆਪਾਂ ਸਪੈਸ਼ਲਿਸਟ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਜ਼ਰੂਰ ਇਹਦੇ ਆਨਸਰ ਦੇਵਾਂਗੇ। ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।